ਪਾਤਰ ਨਾਲ ਸਾਡਾ ਵਾਅਦਾ ਸੱਤਵੇਂ ਦਹਾਕੇ ਤੋਂ ਰਿਹਾ ਜੀ, ਜਦੋਂ ਅਸੀਂ ਕਾਲਜ ਹੁੰਦੇ ਸੀ ਸਟੂਡੈਂਟ ਯੂਨੀਅਨ ਦੇ ਲੀਡਰ ਹੁੰਦੇ ਸੀ ਪ੍ਰਿਥੀ ਪਰ ਰੰਧਾਵਾ ਅਤੇ ਮੈਂ, ਉਦੋਂ ਇਹ ਪੀ ਏ ਜੀ 'ਚ ਉਦੋਂ ਪੰਜਾਬ ਯੂਨੀਵਰਸਿਟੀ 'ਚੋਂ ਕਰਕੇ ਆਏ ਸੀ, ਪ੍ਰੋਫੈਸਰ ਮੋਹਨ ਸਿੰਘ ਲੈ ਕੇ ਆਏ ਸੀ ਇਹਨਾਂ ਨੂੰ, ਅਤੇ ਉਦੋਂ ਦਾ ਉਦੋਂ ਬਾਅਦ ਥੋੜ੍ਹੇ ਦੇਰ ਬਾਅਦ ਹੀ ਵਾਹ ਪੈਣ ਲੱਗ ਗਿਆ ਸੀ ਇਹਨਾਂ, ਸੁਣਦੇ ਰਹੇ ਇਹਨਾਂ ਨੂੰ ਬਹੁਤ ਸੁਣਿਆ। ਅਤੇ ਦੋ ਗੱਲਾਂ ਉਹਨਾਂ ਦੀ ਜਿਹੜੀ ਲਾਈਫ ਬਾਰੇ ਬਹੁਤ ਦਿੱਤਾ ਉਹਨਾਂ ਨੇ ਜੋ ਕੁਛ ਆ ਪੜਾ, ਉਹ ਤਾਂ ਸ਼ਿਵ ਕੁਮਾਰ ਤੋਂ ਬਾਅਦ ਕੋਈ ਐਡਾ ਇੱਕ ਯੋਗਦਾਨ ਅੰਤ ਹੋ ਗਿਆ, ਪੂਰਾ ਯੁੱਗ ਪੁਰਸ਼ ਸੀ। ਇੱਕ ਗੱਲ ਉਹਨਾਂ ਦੀ ਹੈਗੀ ਸਭ ਤੋਂ ਵੱਡੀ ਗੱਲ ਜਿਹੜੀ, ਵੀ ਹਮੇਸ਼ਾ ਉਹ ਲੋਕਾਂ ਦੇ ਹੱਕ ਦੀ ਗੱਲ ਕਰਦੇ ਰਹੇ, ਲੋਕਾਂ ਵਾਲੇ ਪਾਸੇ ਖੜ੍ਹੇ ਉਹ, ਕਦੇ ਹਾਕਮਾਂ ਵਾਲੇ ਪਾਸੇ ਕਦੇ ਨਹੀਂ ਖੜ੍ਹੇ, ਜਬਰ ਧੱਕਾ ਕਰਨ ਵਾਲਿਆਂ ਦੇ ਖਿਲਾਫ। ਅਤੇ ਜਿਹੜੀ ਇਸਟੈਬਲਿਸ਼ਮੈਂਟ ਹੈ ਉਹਦਾ ਉਹ ਬੇਸ਼ੱਕ ਹੁਣ ਕਲਾ ਪ੍ਰੀਸ਼ਦ ਦੇ ਚੇਅਰ ਬਣ ਗਏ ਸੀ, ਕਈ ਲੋਕਾਂ ਦਾ ਇਹ ਵੀ ਲਿਆ ਵੀ ਇਹ ਸਰਕਾਰੀ ਪੱਖ ਨਹੀਂ, ਦੇਖੋ ਉਹਨਾਂ ਨੇ ਆਪਣੀ ਜਿਹੜੀ ਉਹਦੀ ਕਲਮ ਸੀ ਉਹਦੇ 'ਚ ਲੋਕਾਂ ਦਾ ਜਿਹੜਾ ਉਹ ਹੱਕ ਉਹਨੇ ਛੱਡਿਆ ਨਹੀਂ ਪੱਲਾ। ਸੋ 1975 ਤੋਂ ਲੈ ਕੇ ਇੰਦਰਾ ਗਾਂਧੀ ਵੇਲੇ ਤੋਂ ਲੈ ਕੇ ਐਮਰਜੈਂਸੀ ਤੋਂ ਲੈ ਕੇ ਜੋ ਕੁਛ ਉਹਨਾਂ ਨੇ ਲਿਖਿਆ ਜੀ, ਦਹਿਸ਼ਤਵਾਦ ਦੇ ਦਿਨਾਂ 'ਚ, ਫਿਰ ਕਿਸਾਨ ਲਹਿਰ ਦੇ ਦਿਨਾਂ 'ਚ, ਇੱਥੋਂ ਤੱਕ ਜਿਹੜੀ ਆ ਰੈਸਲਿੰਗ ਰੈਸਲ ਦੇ ਜਦੋਂ ਬੈਠੇ ਸੀ ਧਰਨੇ 'ਤੇ ਉੱਥੇ ਵੀ ਗਏ, ਜਿੰਨੀ ਉਹਨਾਂ ਦੀ ਜਿਹੜੀ ਜਿਹੜੀ ਰਚਨਾ ਸਾਰੀ ਹੈ ਉਹ ਸਾਰੀ ਕਿਸੇ ਨਾ ਕਿਤੇ ਲੋਕਾਂ ਦਾ ਦਰਦ, ਲੋਕਾਂ ਦਾ ਦੁੱਖ ਅਤੇ ਲੋਕਾਂ ਦੀ ਆਵਾਜ਼ ਨੂੰ ਜ਼ਾਹਰ ਕਰਦੀ ਹੈ ਔਰ ਆਮ ਲੋਕਾਂ ਦੀ। ਇਸ ਤੋਂ ਬਾਅਦ ਤੁਸੀਂ ਸਾਹਿਤ ਦੇ ਵਿੱਚ ਕਿਹੜੀ ਸ਼ਖਸੀਅਤ ਦੇਖਦੇ ਹੋ ਕਿ ਉਹਨਾਂ ਦਾ ਉਹਨਾਂ ਵਰਗਾ ਕੋਈ ਮੁਕਾਬਲਾ ਤੇ ਉਹਨਾਂ ਵਰਗਾ ਤਾਂ ਕੋਈ ਨਹੀਂ ਹੋ ਸਕਦਾ, ਕਹਿਣਾ ਮੁਸ਼ਕਲ ਹੈ, ਉਹਨਾਂ ਵਰਗਾ ਤਾਂ ਬਹੁਤ ਹੀ ਮੁਸ਼ਕਲ ਹੈ ਕਹਿਣਾ, ਕਿਉਂਕਿ ਉਹ ਤਾਂ ਆਪਣੀ ਕਿਸਮ ਦੀ ਇੱਕ ਅਲੱਗ। ਦੇਖੋ ਦੇਖੋ ਕੋਈ ਬੁੱਲੇ ਸ਼ਾਹ, ਵਾਰਿਸ, ਸ਼ਿਵ ਕੁਮਾਰ, ਇਹਨਾਂ ਦਾ ਕੋਈ ਬਰਾਬਰੀ ਨਹੀਂ ਕਿਸੇ ਨਾਲ ਕੀਤੀ ਜਾ ਸਕਦੀ, ਇਹਦਾ ਆਪਣਾ ਹੀ ਮੁਕਾਮ ਸੀ ਆਪਣੀ, ਪਰ ਜੋ ਕੁਛ ਇਹ ਦੇ ਗਏ ਨੇ ਪੰਜਾਬੀ ਸਾਹਿਤ ਨੂੰ, ਸੱਭਿਆਚਾਰ ਨੂੰ, ਉਹ ਯੁੱਗਾਂ ਤੱਕ ਉਹ ਅਮਰ ਰਹੇਗਾ। ਇਹ ਤਾਂ ਹੈ ਜੀ, ਸਾਨੂੰ ਬੜਾ ਅਫਸੋਸ ਇਸ ਗੱਲ ਹੈ ਵੀ ਅਚਾਨਕ ਚਲੇ ਗਏ, ਬੋਲੇ ਇਸ ਗੱਲ ਦੇ ਬੋਲੇ ਰੀਕਨਸਾਈਲ ਨਹੀਂ ਹੁੰਦਾ, ਹਜ਼ਮ ਨਹੀਂ ਹੁੰਦਾ ਵੀ ਇੱਕਦਮ ਚੰਗੇ ਭਲੇ ਚਲੇ ਗਏ ਸੀ। ਥੈਂਕ ਯੂ।